ਤਦ ਪੁੱਛਿਆ ਜਬ ਇਹਨਾਂ ਨੇ ਪਟਾਕੇ ਚਲਾਏ ਵੀ ਤੁਹਾਡੀ ਭੂਆ ਦਾ ਵਿਆਹ ਸੀਗਾ ਪਟਾਕੇ ਚਲਾਏ ਬਹੁਤ 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 ਦਿਲ ਦੁਖੀ ਹੋਇਆ ਸੀਰੀਅਸਲੀ ਦੇਖ ਕੇ ਕਿ ਸਾਡੇ ਇੰਨੇ ਮੂਰਖ ਨੇ ਅਸੀਂ ਜੰਗ ਜਿੱਤ ਲਈ ਬਹੁਤ ਵੱਡੀ ਫਿਰ ਜਾ ਕੇ ਨਾ ਜਿੰਨੇ ਪੇਸ਼ੈਂਟ ਹੈਗੇ ਨੇ ਜਾ ਕੇ ਉਹਨੂੰ ਜੱਫੀਆਂ ਪਾਉ ਜਿਹੜੇ ਪਏ ਰਹੇ ਹਸਪੀਟਲ ਦੇ ਵਿੱਚ ਫਿਰ ਤੁਹਾਨੂੰ ਪਤਾ ਲੱਗੇ ਸੋਸ਼ਲ ਮੀਡੀਆ ਤੇ ਦੇਵ ਖਰੋੜ ਪੰਜਾਬੀ ਕਲਾਕਾਰ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ। ਉਸ ਵੀਡੀਓ ਦੇ ਵਿੱਚ ਦੇਵ ਖਰੋੜ ਵੱਲੋਂ ਲੰਨ ਤਾਂ ਪਾਈਆਂ ਜਾ ਰਹੀਆਂ ਨੇ ਉਹਨਾਂ ਲੋਕਾਂ ਤੇ ਜਿਨ੍ਹਾਂ ਨੇ ਰਾਤ ਪਟਾਕੇ ਚਲਾਏ ਸੀ। ਉਹਨਾਂ ਨੇ ਕਿਹਾ ਹੈ ਕਿ ਜ਼ਰਾ ਸੋਚੋ ਉਹਨਾਂ ਪਰਿਵਾਰਾਂ ਦਾ ਜਿਨ੍ਹਾਂ ਪਰਿਵਾਰਾਂ ਦੇ ਮੈਂਬਰ ਇਸ ਮਹਾਮਾਰੀ ਦਾ ਸ਼ਿਕਾਰ ਹੋਏ ਨੇ। ਔਰ ਤੁਹਾਨੂੰ ਕਿਸ ਗੱਲ ਦੀ ਖੁਸ਼ੀ ਚੜੀ ਹੋਈ ਹੈ। ਦੇਵ ਖਰੋੜ ਨੇ ਆਪਣੀ ਇਸ ਵਾਇਰਲ ਵੀਡੀਓ ਦੇ ਵਿੱਚ ਲੋਕਾਂ ਨੂੰ ਖਰੀਆਂ-ਖਰੀਆਂ ਸੁਣਾ ਦਿੱਤੀਆਂ ਨੇ ਆਓ ਵੇਖਦੇ ਹਾਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਇਹ ਵੀਡੀਓ ਇੰਦਰ ਪੁੱਛਿਆ ਜਾਵੇ ਇਹਨਾਂ ਨੇ ਪਟਾਕੇ ਚਲਾਏ ਵੀ ਤੁਹਾਡੀ ਭੂਆ ਦਾ ਵਿਆਹ ਸੀਗਾ ਪਟਾਕੇ ਚਲਾਏ ਮੈਂ ਹੁਣ ਸੌਰੀ ਇਹ ਲੈਂਗੁਏਜ ਹੋ ਰਹੀ ਹੈ ਨਿਕਲ ਰਹੀ ਹੈ ਵਿਚੜ ਸੋ ਇਹ ਕਿਹੜੀ ਖੁਸ਼ੀ ਵਾਲੀ ਗੱਲ ਹੈ ਕਿ ਜਿਹੜੇ ਤੁਸੀਂ ਪਟਾਕੇ ਚਲਾ ਕੇ ਇਸ ਚੀਜ਼ ਦਾ ਸਬੂਤ ਦੇ ਰਹੇ ਹੋ ਹਨਾ ਕਿ ਕੀ 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 ਕਿ ਕਿੱਡਾ ਕਿ ਤੀਰ ਮਾਰ ਲਿਆ ਇਹ ਸਾਰੀ ਨੈਗੇਟਿਵਿਟੀ ਦੇ ਵਿੱਚ ਇੱਕ ਚੀਜ਼ ਵਧੀਆ ਹੋ ਰਹੀ ਸੀ ਕਿ এনवायरमेंट ਸਾਡਾ ਸਹੀ ਹੋ ਰਿਹਾ ਸੀਗਾ ਇਹੜਾ ਪੋਲਿਊਸ਼ਨ ਘਟ ਰਿਹਾ ਸੀਗਾ ਚੱਕ ਤੇ ਫੱਟੇ ਅੱਜ ਫੇਰ ਦਿਖਾਤਾ ਅਸੀਂ ਹਨਾ ਕਿ ਪਟਾਕੇ ਚਲਾਉਣੇ ਆ ਜੀ ਕਿਹੜੀ ਖੁਸ਼ੀ 'ਚ ਪਟਾਕੇ ਚਲਾਇਆ ਕੀ ਕੀ ਅਸੀਂ ਕੀ ਇੰਡੀਆ ਨੇ ਮੈਨੂੰ ਇਹ ਦੱਸੋ ਕਿ ਕੋਈ ਮੈਡੀਸਿਨ ਲਬਲੀ ਇੰਡੀਆ ਨੇ ਮੈਡੀਸਿਨ ਲਬਲੀ ਕੋਰੋਨਾ ਦੀ ਜਿਹੜਾ ਠੀਕ ਹੋ ਗਿਆ ਉਸ ਖੁਸ਼ੀ 'ਚ ਅਸੀਂ ਪਟਾਕੇ ਚਲਾਏ ਕੇ ਅਸੀਂ ਬਹੁਤ ਵੱਡਾ ਮਾਰਕਾ ਮਾਰ ਲਿਆ ਹਨਾ ਤੇ ਕਿਸ ਖੁਸ਼ੀ ਚਲਾਏ ਪਟਾਕੇ ਬਹੁਤ 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 ਦਿਲ ਦੁਖੀ ਹੋਇਆ ਸੀਰੀਅਸਲੀ ਦੇਖ ਕੇ ਕਿ ਸਾਡੇ ਇੰਨੇ ਮੂਰਖ ਨੇ ਕਿ ਲੋਕਾਂ ਨੇ ਫੱਟੇ ਚੱਕਦੇ ਜੀ ਬਸ ਖੁੱਲ ਮੇ ਹੁਣ ਜਾਂ ਤਾਂ ਫੇਰ ਇੱਕ ਕੰਮ ਕਰਿਓ ਇਕ ਕਹੂੰਗਾ ਤੁਹਾਨੂੰ ਮੈਂ ਸਾਰਿਆਂ ਨੂੰ ਜਿਨ੍ਹਾਂ ਨੇ ਪਟਾਕੇ ਚਲਾਏ ਨੇ ਵੀ ਕੱਲ ਨੂੰ ਹੁਣ ਕਰੋਨਾ ਖਤਮ ਹੋ ਗਿਆ ਕਿਉਂਕਿ ਤੁਸੀਂ ਪਟਾਕੇ ਚਲਾ ਲਏ ਮੋਮਬਤੀਆਂ ਅੱਜ ਅਸੀਂ ਬਾਲੀਆਂ ਨੇ ਤਾਂ ਮੈਨੂੰ ਲੱਗਦਾ ਕਿ ਕਰੋਨਾ ਖਤਮ ਹੋ ਗਿਆ ਹਨਾ ਅਸੀਂ ਜੰਗ ਜਿੱਤ ਲਈ ਬਹੁਤ ਵੱਡੀ ਫਿਰ ਜਾ ਕੇ ਨਾ ਜਿੰਨੇ ਪੇਸ਼ੈਂਟ ਹੈਗੇ ਨੇ ਜਾ ਕੇ ਉਹਨੂੰ ਜੱਫੀਆਂ ਪਾਓ ਜਿਹੜੇ ਪਏ ਨੇ ਹਸਪੀਟਲ ਦੇ ਵਿੱਚ ਫਿਰ ਤੁਹਾਨੂੰ ਪਤਾ ਲੱਗੇ ਇਹ ਦਰਦ ਜਿਨ੍ਹਾਂ ਨੇ ਹੈਗਾ ਨਾ ਇਹ ਵਾਇਰਸ ਨੇ ਜਿਨ੍ਹਾਂ ਦੇ ਪਰਿਵਾਰਾਂ ਨੇ ਮੈਂਬਰ ਖੋਏ ਨੇ ਉਹਨਾਂ ਤੋਂ ਪੁੱਛੋ ਓਏ ਮੂਰਖੋ ਜੇ ਕਰਨਾ ਹੀ ਸੀ ਨਾ ਤਾਂ ਮੌਨ ਰੱਖਦੇ ਉਹਨਾਂ ਲਈ ਤੇ ਤੁਸੀਂ ਵਾਕੀ ਇਹੀ ਬੋਲ ਸਕਦਾ ਮੈਂ ਕਿ ਜਿਹੜਾ ਸਾਡੇ ਉੱਪਰ ਹੁਕਮਰਾਨ ਨੇ ਸਾਡੇ ਰਾਜਾ ਸਾਹਿਬ ਨੇ ਮੇਨ ਉਹ ਤਾਂ ਇਹੋ ਜੀ ਗੱਲ ਕਰ ਜਾਂਦੇ ਆ ਪਰ ਸਾਡੇ ਮੰਨਣ ਵਾਲੇ ਦੇਖੋ ਕਿੰਨੇ ਨੇ ਸੋ ਆ ਦਿਲ ਦੁਖੀ ਹੋਇਆ ਇਸ ਕਰਕੇ ਦਿਲ ਕੀਤਾ ਕਿ ਤੁਹਾਡੇ ਨਾਲ ਮੈਂ ਇਹ ਗੱਲ ਸਾਂਝੀ ਕਰਾਂ ਮੈਨੂੰ ਖੁਦ ਨੂੰ ਲੱਗਿਆ ਕੀ ਯਾਰ ਦੀਵਾਲੀ ਸੀ ਕੋਈ ਵਿਆਹ ਸੀਗਾ ਕਿਸ ਖੁਸ਼ੀ 'ਚ ਪਟਾਕੇ ਚਲਾਏ ਤੁਸੀਂ ਬਾਰ ਬਾਰ ਉਹੀ ਉਹੀ ਗੱਲ ਕਹੂੰਗਾ ਮੈਂ ਸੋ ਮੇਰੇ ਜਿਹੜੀ ਜਿਹਨਾਂ ਨੂੰ ਮੇਰੀ ਗੱਲ ਸਹੀ ਲੱਗੇ ਨਾ ਸ਼ੇਅਰ ਕਰ ਦਿਓ ਤਾਂ ਕਿ ਉਹਨਾਂ ਮੂਰਖਾਂ ਤੱਕ ਪਹੁੰਚੇ ਜੇ ਅਸੀਂ ਉਹਨਾਂ ਨੂੰ ਇਹ ਚੀਜ਼ਾਂ ਨਹੀਂ ਸੁਣਾਵਾਂਗੇ ਚੁੱਪ ਕਰਕੇ ਬੈਠ ਜਾਾਂਗੇ ਤਾਂ ਮੂਰਖ ਮੂਰਖ ਹੀ ਬਣੇ ਰਹਿਣਗੇ ਸ਼ਾਇਦ ਥੋੜੇ ਬਹੁਤਿਆਂ ਨੂੰ ਅਕਲ ਆ ਜਾਏ ਸੁਣ ਕੇ ਥੋੜੇ ਬਹੁਤਿਆਂ ਦਾ ਦਿਮਾਗ ਸਹੀ ਟਿਕਾਣੇ ਦੇ ਉੱਤੇ ਆ ਜਾਏ ਹਨਾ ਮੈਂ ਦੇਖ ਰਿਹਾ ਸੀਗਾ ਛੱਤ ਤੇ ਖੜ ਕੇ ਪਟਾਕੇ ਚੱਲ ਰਹੇ ਨੇ ਯਾਰ ਮੈਨੂੰ ਲੱਗਿਆ ਕਮਾਲ ਹੈ ਹਨਾ ਇਹ ਤਾਂ ਇਹ ਹੋ ਗਿਆ ਕਿ ਸਾਡੇ ਇੰਡੀਆ ਨੇ ਅੱਜ ਮੈਡੀਸਨ ਲਬਲੀ ਜੀ ਕਰੋਨਾ ਦੀ ਅਸੀਂ ਕਰੋਨਾ ਖਤਮ ਕਰ ਦੇਣਾ ਜੰਗ ਜਿੱਤੀ ਹੈ ਇੰਡੀਆ ਨੇ ਅੱਜ ਹਨਾ ਸੋ ਸਾਨੂੰ ਮਾਣ ਹੋਣਾ ਚਾਹੀਦਾ ਕਿ ਅਸੀਂ ਪਹਿਲਾ ਕੰਟਰੀ ਆ ਸਾਡਾ ਜਿਹਨੇ ਜੀ ਕਰੋਨਾ ਖਤਮ ਕਰਤਾ ਮੋਮਬਤੀਆਂ ਬਾਲ ਕੇ ਗੋ ਕਰੋਨਾ ਗੋ ਕਰੋਨਾ ਕਰੋਨਾ ਭਜਾਤਾ ਸੀ ਵੈਰੀ ਗੁੱਡ ਕਲਾਪਿੰਗ ਉਹਨਾਂ ਲੋਕਾਂ ਲਈ ਸਾਰੇ ਜਣੇ ਕਰਿਓ ਜੀ ਜਿਹੜੇ ਮੇਰੇ ਨਾਲ ਐਗਰੀਡ ਕਰਦੇ ਆ ਨਾ ਕੱਲ ਨੂੰ ਆਪਾਂ ਵੀ ਛੱਤ ਤੇ ਚੜ੍ਹ ਕੇ ਉਹਨਾਂ ਲਈ ਕਲਾਪਿੰਗ ਕਰਨੀ ਬਣਦੀ ਆ ਜਿਨ੍ਹਾਂ ਨੇ ਅੱਜ ਆਹ ਪਟਾਕੇ ਪਟੂਕੇ ਕਰੈਕਰਸ ਚਲਾਏ ਨੇ ਹਨਾ ਸੋ ਮੈਨੂੰ ਲੱਗਦਾ ਕਿ ਹਰ ਬੰਦੇ ਨੂੰ ਇਹ ਗੱਲ ਉਹਨਾਂ ਮੂਰਖਾਂ ਤੱਕ ਪਹੁੰਚਾਉਣੀ ਚਾਹੀਦੀ ਹੈ ਕਿ ਭਰਾਓ ਇਹ ਟਾਈਮ ਕਿਦਾਂ ਦਾ ਜਿਨ੍ਹਾਂ ਦੇ ਪਰਿਵਾਰ ਦੇ ਜੀ ਵਿਛੜੇ ਨੇ ਜਿਨ੍ਹਾਂ ਦੇ ਗਏ ਨੇ ਉਹਨਾਂ ਨਾਲ ਅਫਸੋਸ ਤਾਂ ਕੀ ਕਰਨਾ ਸੀ ਤੁਸੀਂ ਤਾਂ ਖੁਸ਼ੀ ਮਨਾਈ ਆ ਪਟਾਕੇ ਚਲਾ ਕੇ ਜਦੋਂ ਕੋਈ ਆਪਣਾ ਜਾਊਗਾ ਨਾ ਜਿਸ ਦਿਨ ਉਸ ਦਿਨ ਪਟਾਕੇ ਚਲਾਇਓ ਉਸ ਦਿਨ ਪਤਾ ਲੱਗੂਗਾ ਸੋ ਜਿੰਨੇ ਕ ਮੇਰੇ ਨਾਲ ਤੁਸੀਂ ਇਸ ਗੱਲ ਨਾਲ ਅਗਰੀਡ ਕਰਦੇ ਹੋ ਸੋ ਪਲੀਜ਼ ਇਹਨੂੰ ਸ਼ੇਅਰ ਕਰਿਓ ਪਹੁੰਚੇ ਉਹਨਾਂ ਤੱਕ ਉਹਨਾਂ ਮੂਰਖਾਂ ਤੱਕ ਪਹੁੰਚਾਓ ਆਪਣੀ ਗੱਲ ਤਾਂ ਮੈਨੂੰ ਲੱਗਦਾ ਕਿ ਇਸ ਮੁਲਕ ਦਾ ਕੁਝ ਨਹੀਂ ਬਣਨਾ ਇਸ ਮੁਲਕ 'ਚ ਨਾ ਜਾਹਲਾਂ ਦੀ ਬਹੁਤ ਜ਼ਿਆਦਾ ਪਰਮਾਰ ਇੱਕੋ ਚੀਜ਼ ਵਧੀਆ ਹੋ ਰਹੀ ਸੀ ਕਿ ਸਾਡਾ এনवायरमेंट ਬਹੁਤ ਕਲੀਨ ਹੋ ਰਿਹਾ ਸੀ ਅਸੀਂ ਵਧੀਆ ਸਾਹ ਲੈ ਰਹੇ ਸੀਗੇ ਹਨਾ ਆਉਣ ਵਾਲੀ ਜਿਹੜੀ ਜਨਰੇਸ਼ਨ ਆ ਉਹਨਾਂ ਨੂੰ ਇੱਕ ਜਾਂ ਜਿਹੜੇ ਛੋਟੇ ਬੱਚੇ ਨੇ ਜਾਂ ਜਿਹੜੇ ਉਹਨਾਂ ਨੂੰ ਉਹਨਾਂ ਨੂੰ ਇੱਕ ਸਾਫ਼ Air ਦੇ ਵਿੱਚ ਸਾਹ ਲੈਣ ਦਾ ਮੌਕਾ ਮਿਲ ਰਿਹਾ ਸੀ ਸਾਰੇ ਹਰ ਇੱਕ ਬੰਦੇ ਨੂੰ ਉਹ ਵੀ ਅੱਜ ਚੱਕ ਤੇ ਫੱਟੇ ਸਭ ਕਰਤਾ ਬੇੜਾ ਗਰਕ 2-3 ਮਹੀਨੇ ਇਸਤੇਮਾਲ ਕਰਨ ਤੋਂ ਬਾਅਦ ਗੋਡੇ ਵੀ ਹੋ ਕੇ ਮੋਡੇ ਵੀ ਹੋ ਕੇ ਜੇ ਤੁਸੀਂ ਵੀ ਕਿਸੇ ਇਸ ਤਰ੍ਹਾਂ ਦੀ ਬਿਮਾਰੀ ਤੋਂ ਪਰੇਸ਼ਾਨ ਹੋ ਤੇ ਬੇਸ ਬੇਚੀਜ ਹੋ ਕੇ ਇਸ ਨੂੰ ਇਸਤੇਮਾਲ ਕਰੋ ਸਿਰਫ 2-3 ਮਹੀਨੇ ਇਹ 125 ਬਿਮਾਰੀਆਂ ਤੱਕ ਦੇ ਇਲਾਜ ਕਰ ਸਕਦਾ ਹੈ ਫੀ ਰੀਲੀਫ ਹਮੇਸ਼ਾ ਯਾਦ ਰੱਖੋ ਬਸ ਕੁਝ ਦਿਨਾਂ ਤੋਂ ਮੈਨੂੰ ਵਾਲਾਂ ਦੀ ਬੜੀ ਸਮੱਸਿਆ ਸੀ ਮੇਰੇ ਵਾਲ ਝੜਨੇ ਸ਼ੁਰੂ ਹੋ ਗਏ ਸੀ ਮੈਨੂੰ ਮੇਰੇ ਦੋਸਤ ਨੇ ਆਇਲ ਫੀ ਰੀਲੀਫ ਵਾਲੇ ਦੱਸਿਆ ਮੈਂ ਇਹ ਤੇਲ 3 ਕੁ ਮਹੀਨੇ ਲਾਣਾ ਆਪਣੇ ਸਿਰ ਤੇ ਅਪਲਾਈ ਕੀਤਾ ਇਹ ਬਿਲਕੁਲ ਆਯੁਰਵੈਦਿਕ ਤੇਲ ਹੈ ਇਹਦਾ ਕੋਈ ਸਾਈਡ ਇਫੈਕਟ ਨਹੀਂ ਹੈ ਤੇ ਮੇਰੇ ਵਾਲ ਜਿਹੜੇ ਗੰਜਪਨ ਪੈਣਾ ਸ਼ੁਰੂ ਹੋ ਗਿਆ ਸੀ ਉਹ ਦੁਬਾਰਾ ਆਣ ਲੱਗ ਗਏ ਤੇ ਮੈਨੂੰ ਤਾਂ ਬੜਾ ਫਾਇਦਾ ਦਿੱਤਾ ਇਸ ਨੇ ਜੇ ਤੁਹਾਨੂੰ ਵੀ ਕਿਸੇ ਇਸ ਤਰ੍ਹਾਂ ਦੀ ਪ੍ਰੋਬਲਮ ਦਾ ਤੁਸੀਂ ਸਾਹਮਣਾ ਕਰ ਰਹੇ ਹੋ ਤਾਂ ਇਹ ਤੇਲ ਲਾਣਾ ਨਾ ਭੁੱਲੋ ਕਿਤਨਾ ਕੀਤੀ ਅਸੀਂ ਆਪਣੇ ਵਾਲਾਂ ਕਰਕੇ ਸ਼ਰਮ ਫੀਲ ਕਰਦੇ ਹਾਂ ਕਿਤੀ ਸੋਸਾਇਟੀ 'ਚ ਬੈਠੇ ਹਾਂ ਕਿ ਕੋਈ ਮਜ਼ਾਕ ਨਾ ਕਰ ਰਿਹਾ ਹੋਵੇ ਪਰ ਥੈਂਕਸ ਟੂ ਫ੍ਰੀ ਲੀਫ ਜਿਨੇ ਮੇਰਾ ਕੌਨਫੀਡੈਂਸ ਬਿਲਡ ਕੀਤਾ ਜਿਹਦੇ ਲਗਾਉਣ ਨਾਲ ਮੈਂ ਮਾਰਕੀਟ 'ਚੋਂ ਬੜਾ ਹੀ ਕੌਨਫੀਡੈਂਟ ਹਾਂ ਆਰ ਇਦਨਾ ਮੈਨੂੰ ਬੜਾ ਫਾਇਦਾ ਹੋਇਆ ਤੇ ਮੈਨੂੰ ਸਰਵਾਈਕਲ ਦੀ ਵੀ ਦਿੱਕਤ ਸੀ ਤੇ ਉਹਦੇ ਨਾਲ ਵੀ ਮੈਨੂੰ ਬੜਾ ਰਿਲੀਫ ਮਿਲਿਆ ਇਹ ਯੂਜ਼ ਕਰੋ ਤੇ ਮੈਂ ਪ੍ਰੈਕਟੀਕਲ ਯੂਜ਼ ਕਰ